ਰਾਜਸਥਾਨ ਦੇ ਵਿੱਚ ਬੀਜੇਪੀ ਆਗੂ ਸੰਦੀਪ ਦਾਇਮਾ ਦੇ ਬੋਲ ਵਿਗੜੇ ਨੇ। ਭਾਸ਼ਣ ਦੌਰਾਨ ਗੁਰਦੁਆਰਿਆਂ ਨੂੰ ਲੈ ਕੇ ਭੜਕਾਊ ਬਿਆਨ ਬੀਜੇਪੀ ਆਗੂ ਦੇ ਵੱਲੋਂ ਦਿੱਤਾ ਗਿਆ। ਪਹਿਲਾਂ ਗੁਰਦੁਆਰਿਆਂ ਨੂੰ ਉਖਾੜਨ ਦੀ ਗੱਲ ਕੀਤੀ ਗਈ ਅਤੇ ਜਦੋਂ ਇਹ ਮੁੱਦਾ ਉੱਠਿਆ ਵਿਰੋਧ ਹੋਇਆ ਤਾਂ ਬੀਜੇਪੀ ਆਗੂ ਨੇ ਹੱਥ ਜੋੜਦੇ ਹੋਏ ਸਿੱਖ ਸੰਗਤ ਤੋਂ ਮਾਫ਼ੀ ਮੰਗੀ ਹੈ, ਕਿਹਾ ਕਿ ਮੇਰੀ ਗਲਤੀ ਹੈ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦੱਸ ਦਈਏ ਕਿ ਸੀਐਮ ਯੋਗੀ ਆਦਿੱਤਿਆਨਾਥ ਦੀ ਹਾਜ਼ਰੀ ਦੇ ਵਿੱਚ ਬੀਜੇਪੀ ਆਗੂ ਦੇ ਵੱਲੋਂ ਇਹ ਭੜਕਾਊ ਬਿਆਨ ਜਿਹੜਾ ਗੁਰਦੁਆਰਿਆਂ ਨੂੰ ਲੈ ਕੇ ਦਿੱਤਾ ਗਿਆ। ਪਹਿਲਾਂ ਉਹ ਬਿਆਨ ਸੁਣਾਉਂਦੇ ਹਾਂ ਕਿ ਕੁਝ ਕਿਹਾ ਗਿਆ ਬੀਜੇਪੀ ਆਗੂ ਦੇ ਵੱਲੋਂ ਗੁਰਦੁਆਰਿਆਂ ਨੂੰ ਲੈ ਕੇ, ਅਤੇ ਬਾਅਦ ਵਿੱਚ ਉਹ ਵੀਡੀਓ ਵੀ ਦਿਖਾਉਂਦੇ ਹਾਂ ਜਿਸ ਦੇ ਵਿੱਚ ਉਸਦੇ ਵੱਲੋਂ ਹੁਣ ਮਾਫ਼ੀ ਮੰਗੀ ਗਈ ਹੈ ਸਿੱਖ ਸੰਗਤ ਤੋਂ। ਜਿਸ ਤਰ੍ਹਾਂ ਦਾ ਜੋ ਕੈਂਡੀਡੇਟ ਹਮਾਰੇ ਸਾਹਮਣੇ ਆਇਆ ਹੈ, ਉਸਨੇ ਆਪ ਲੋਗੋ ਕੋ ਸਬਕ ਲੈਣਾ ਪੜੇਗਾ। ਕਿਸ ਕਿਸ ਤਰ੍ਹਾਂ ਸੇ ਇਸ ਤਰ੍ਹਾਂ ਮਸਜਿਦ ਹੈ, ਕਿਸ ਤਰ੍ਹਾਂ ਸੇ ਗੁਰੂਦੁਆਰਾ ਯਹਾਂ ਪਰ ਬਣਾ ਕਰ ਛੋੜ ਦਿਆ ਹੈ। ਯੇ ਆਗੇ ਚਲ ਕਰ ਹਮਾਰੇ ਲਈ ਨਾਸੂਰ ਬਣ ਜਾਏਗਾ। ਇਸ ਲਈ ਹਮਾਰਾ ਸਭ ਕਾ ਧਰਮ ਵੀ ਬਣਤਾ ਹੈ ਕਿ ਇਸ ਨਾਸੂਰ ਕੋ ਯਹਾਂ ਜਾ ਉਗਾੜ ਕਰ ਫੇਂਕ ਦੇਂਗੇ ਔਰ ਬਾਬਾ ਬਾਲਕ ਨਾਥ ਜੀ ਕੋ ਭਾਰੀ ਮਦਦ ਦੇ ਦੇਂਗੇ। ਬਹੁਤ ਬਹੁਤ ਧੰਨਵਾਦ ਸਭੀ ਦਾ। ਰਾਮ ਰਾਮ। ਧੰਨਵਾਦ। आज चुनावी भाषण में मैं मस्जिद मदरसे की जगह गुरुद्वारे साहिब के बारे में कुछ गलत शब्दों का जो प्रयोग मेरे से गलती से हुआ है, मैं पूरे सिख समाज से मैं हाथ जोड़कर क्षमा प्रार्थी हूं। मुझे नहीं पता मेरे से कैसे गलती हुई है। और ऐसे सिख समाज की जिन्होंने हमेशा हिंदू धर्म की, सनातन धर्म की हमेशा रक्षा की हो, ऐसे सिख समाज के बारे में मैं कभी सोच भी नहीं सकता कि मैं ऐसी गलती कर भी सकता हूं। तो मैं पूरे सिख समाज से हाथ जोड़कर मैं क्षमा प्रार्थी हूं। मेरे से पता नहीं कैसे गलती हुई है, मैं इस गलती का कैसे जाकर गुरुद्वारे में मैं पश्चाताप करूंगा। मैं पूरे समाज से, मैं पूरे सिख समाज से हाथ जोड़कर मैं क्षमा प्रार्थी हूं। सत श्री अकाल। ਰਾਜਸਥਾਨ ਦੇ ਵਿੱਚ ਬੀਜੇਪੀ ਆਗੂ ਸੰਦੀਪ ਦਾਇਮਾ ਦੇ ਬੋਲ ਵਿਗੜੇ ਨੇ। ਭਾਸ਼ਣ ਦੌਰਾਨ ਗੁਰਦੁਆਰਿਆਂ ਨੂੰ ਲੈ ਕੇ ਭੜਕਾਊ ਬਿਆਨ ਬੀਜੇਪੀ ਆਗੂ ਦੇ ਵੱਲੋਂ ਦਿੱਤਾ ਗਿਆ। ਪਹਿਲਾਂ ਗੁਰਦੁਆਰਿਆਂ ਨੂੰ ਉਖਾੜਨ ਦੀ ਗੱਲ ਕੀਤੀ ਗਈ ਅਤੇ ਜਦੋਂ ਇਹ ਮੁੱਦਾ ਉੱਠਿਆ ਵਿਰੋਧ ਹੋਇਆ ਤਾਂ ਬੀਜੇਪੀ ਆਗੂ ਨੇ ਹੱਥ ਜੋੜਦੇ ਹੋਏ ਸਿੱਖ ਸੰਗਤ ਤੋਂ ਮਾਫ਼ੀ ਮੰਗੀ ਹੈ, ਕਿਹਾ ਕਿ ਮੇਰੀ ਗਲਤੀ ਹੈ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦੱਸ ਦਈਏ ਕਿ ਸੀਐਮ ਯੋਗੀ ਆਦਿੱਤਿਆਨਾਥ ਦੀ ਹਾਜ਼ਰੀ ਦੇ ਵਿੱਚ ਬੀਜੇਪੀ ਆਗੂ ਦੇ ਵੱਲੋਂ ਇਹ ਭੜਕਾਊ ਬਿਆਨ ਜਿਹੜਾ ਗੁਰਦੁਆਰਿਆਂ ਨੂੰ ਲੈ ਕੇ ਦਿੱਤਾ ਗਿਆ। ਪਹਿਲਾਂ ਉਹ ਬਿਆਨ ਸੁਣਾਉਂਦੇ ਹਾਂ ਕਿ ਕੁਝ ਕਿਹਾ ਗਿਆ ਬੀਜੇਪੀ ਆਗੂ ਦੇ ਵੱਲੋਂ ਗੁਰਦੁਆਰਿਆਂ ਨੂੰ ਲੈ ਕੇ, ਅਤੇ ਬਾਅਦ ਵਿੱਚ ਉਹ ਵੀਡੀਓ ਵੀ ਦਿਖਾਉਂਦੇ ਹਾਂ ਜਿਸ ਦੇ ਵਿੱਚ ਉਸਦੇ ਵੱਲੋਂ ਹੁਣ ਮਾਫ਼ੀ ਮੰਗੀ ਗਈ ਹੈ ਸਿੱਖ ਸੰਗਤ ਤੋਂ। ਜਿਸ ਤਰ੍ਹਾਂ ਦਾ ਜੋ ਕੈਂਡੀਡੇਟ ਹਮਾਰੇ ਸਾਹਮਣੇ ਆਇਆ ਹੈ, ਉਸਨੇ ਆਪ ਲੋਗੋ ਕੋ ਸਬਕ ਲੈਣਾ ਪੜੇਗਾ। ਕਿਸ ਕਿਸ ਤਰ੍ਹਾਂ ਸੇ ਇਸ ਤਰ੍ਹਾਂ ਮਸਜਿਦ ਹੈ, ਕਿਸ ਤਰ੍ਹਾਂ ਸੇ ਗੁਰੂਦੁਆਰਾ ਯਹਾਂ ਪਰ ਬਣਾ ਕਰ ਛੋੜ ਦਿਆ ਹੈ। ਯੇ ਆਗੇ ਚਲ ਕਰ ਹਮਾਰੇ ਲਈ ਨਾਸੂਰ ਬਣ ਜਾਏਗਾ। ਇਸ ਲਈ ਹਮਾਰਾ ਸਭ ਕਾ ਧਰਮ ਵੀ ਬਣਤਾ ਹੈ ਕਿ ਇਸ ਨਾਸੂਰ ਕੋ ਯਹਾਂ ਜਾ ਉਗਾੜ ਕਰ ਫੇਂਕ ਦੇਂਗੇ ਔਰ ਬਾਬਾ ਬਾਲਕ ਨਾਥ ਜੀ ਕੋ ਭਾਰੀ ਮਦਦ ਦੇ ਦੇਂਗੇ। ਬਹੁਤ ਬਹੁਤ ਧੰਨਵਾਦ ਸਭੀ ਦਾ। ਰਾਮ ਰਾਮ। ਧੰਨਵਾਦ। आज चुनावी भाषण में मैं मस्जिद मदरसे की जगह गुरुद्वारे साहिब के बारे में कुछ गलत शब्दों का जो प्रयोग मेरे से गलती से हुआ है, मैं पूरे सिख समाज से मैं हाथ जोड़कर क्षमा प्रार्थी हूं। मुझे नहीं पता मेरे से कैसे गलती हुई है। और ऐसे सिख समाज की जिन्होंने हमेशा हिंदू धर्म की, सनातन धर्म की हमेशा रक्षा की हो, ऐसे सिख समाज के बारे में मैं कभी सोच भी नहीं सकता कि मैं ऐसी गलती कर भी सकता हूं। तो मैं पूरे सिख समाज से हाथ जोड़कर मैं क्षमा प्रार्थी हूं। मेरे से पता नहीं कैसे गलती हुई है, मैं इस गलती का कैसे जाकर गुरुद्वारे में मैं पश्चाताप करूंगा।
मैं पूरे समाज से, मैं पूरे सिख समाज से हाथ जोड़कर मैं क्षमा प्रार्थी हूँ। सत श्री अकाल।